ਲਾਮਾ ਮੁਰਦਾ ਪਾਪਾ ਮੁਰਦਾ ਪਾਪਾ ਮੁਰਦਾ ਪਾਪਾ ਬਾਈ ਮਾ ਪਾਪਾ ਜੀ ਮੇਰੇ ਪਾਪਾ ਜੀ ਜਿੰਦਾਬਾਦ ਜਿੰਦਾਬਾਦ ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨਰ ਸਕੱਤਰ ਬੋਲਦਾ ਜੀ ਅੱਜ ਟਾਂਗਰਾ ਜੋਂਦੀ ਆਪਾਂ ਮੀਟਿੰਗ ਕੀਤੀ ਤੁਸੀਂ ਦੇਖਦੇ ਹੋ ਬਹੁਤ ਵੱਡਾ ਇਕੱਠ ਹੈ ਇੱਥੇ ਤੇ ਆਪਾਂ ਜਿਹੜੀਆਂ ਦਿੱਲੀ ਮੋਰਚੇ ਦੀਆਂ ਤਿਆਰੀਆਂ ਲਗਾਤਾਰ ਕਰ ਰਹੇ ਹਾਂ ਬਹੁਤ ਸਾਰਾ ਫੰਡ ਜਿਹੜਾ ਪਿੰਡਾਂ ਵਿੱਚ ਇਕੱਠਾ ਹੋ ਗਿਆ ਵਾ ਬਾਕੀ ਰਹਿੰਦੇ ਪਿੰਡ ਵੀ ਇੱਕ ਦੋ ਦਿਨਾਂ ਚ ਫੰਡ ਦੀ ਛੁੱਟੀ ਮਾਰ ਕੇ ਫੰਡ ਇਕੱਠਾ ਕਰ ਲੈਣਗੇ। ਟਰੈਕਟਰ ਟਰਾਲਿੰਗ ਦੀਆਂ ਜਿਹੜੀ ਬੁਕਿੰਗ ਆ ਸਾਡੀ ਉਹ ਅਸੀਂ 2024 ਤੱਕ ਕਰਨ ਦਾ ਫੈਸਲਾ ਕਰਤਾ ਵੀ ਹੁਣ ਤੋਂ ਪਹਿਲਾਂ 2024 ਦੀਆਂ ਡੇਟਾਂ ਦਿੱਤੀਆਂ ਸੀ। ਹੁਣ ਸੀ ਕਿ ਪਿੰਡ 'ਚ ਗੇੜਾ ਮਾਰ ਕੇ ਕਿਉਂਕਿ ਅਸੀਂ ਜਿਹੜੇ ਗੇੜੇ ਕੱਢੇ ਆ 13-14 ਗੇੜੇ ਸਾਡੇ ਆਉਣੇ ਆ ਜਿਵੇਂ ਜਿਵੇਂ ਅਸੀਂ ਪੂਰੇ ਪੰਜਾਬ ਦੇ ਵਿੱਚ ਜਥਿਆਂ ਨੂੰ ਵੰਡ ਕੀਤੀ ਆ ਤਾਂ ਅਸੀਂ ਕਹਿੰਨੇ ਵੀ 30-30 40-40 ਟਰੈਕਟਰ ਬੁਕਿੰਗ ਕਰ ਲਓ। ਸਾਡੇ ਕਈ ਪਿੰਡਾਂ 'ਚ 95-95 ਟਰੈਕਟਰਾਂ ਦੀ ਬੁਕਿੰਗ ਵੀ ਹੈਗੀ ਆ। 2024 ਤ ਇਸ ਮੋਰਚੇ ਵਿੱਚ ਬੀਬੀਆਂ ਭੈਣਾਂ ਦਾ ਵਿਸ਼ੇਸ਼ ਯੋਗਦਾਨ ਰਹੂਗਾ ਤੋਂ ਬੀਬੀਆਂ ਭੈਣਾਂ ਦੀ ਤਿਆਰੀ ਵਿਸ਼ੇਸ਼ ਕਰਕੇ ਕਰਾਉਣੀਆਂ ਨੌਜਵਾਨਾਂ ਦੀ ਤਿਆਰੀ ਕਰਾਉਣੀ ਆ ਰਾਸ਼ਨ ਪਾਣੀ ਚਾਹੀਦਾ ਵਾ ਸਰਦੀ ਆ ਗਈ ਆ ਕੰਬਲ ਆ ਰਜਾਈ ਆ ਆਪਣਾ ਕੌਲਾ ਵਾ ਗਲਾਸ ਆ ਹਰ ਕਿਸਮ ਦੇ ਪ੍ਰਬੰਧ ਦਵਾਈ ਬੂਟੀ ਲੈ ਕੇ ਟਰਾਲੀਆਂ ਦੀਆਂ ਤਿਆਰੀਆਂ ਪੂਰੇ ਅੱਜ ਤੋਂ ਜੜੀਆਂ ਵੇਢ ਦੇਣ ਦਾ ਕਿਸਾਨਾਂ ਨੂੰ ਕਿਹਾ ਗਿਆ ਵਾ ਵੀ ਤਿਆਰੀਆਂ ਜੜੀਆਂ ਪਿੰਡਾਂ ਵਿੱਚ ਸ਼ੁਰੂ ਕਰ ਦੋ ਦੂਸਰਾ ਮੋਦੀ ਸਰਕਾਰ ਜਿਹੜੀ ਆ ਉਹ ਸਾਡੇ ਮੁੱਦਿਆਂ ਨੂੰ ਡੀ ਰੇਲ ਕਰ ਲੀ ਜਿਵੇਂ ਪਿਊਸ਼ ਗੋਇਲ ਜੀ ਕੱਲ ਕਹਿੰਦੇ ਸੀ ਵੀ ਜੁਪੀ ਵਾਲੇ ਇਲੈਕਸ਼ਨ ਦਾ ਕਿਸਾਨਾਂ ਦੀ ਗੱਲਬਾਤ ਨਾਲ ਕੋਈ ਸਬੰਧ ਨਹੀਂ ਹੈ ਸੱਤਾ ਸੱਤਾ ਪ੍ਰਾਪਤ ਕਰਨ ਲਈ ਸਾਰੇ ਭਾਰਤ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਵੇਚਿਆ ਜਾ ਰਿਹਾ ਵਾ ਤੇ ਜਿੱਦਣ ਜੁਪੀ ਦੇ ਉੱਤਰਾਖੰਡ ਦੇ ਲੋਕਾਂ ਨੇ ਥੋੜੇ ਹੱਥ ਤੋਂ ਸੱਤਾ ਖੋਈ ਉਦੋਂ ਤੁਹਾਨੂੰ ਕਿਸਾਨ ਮਜ਼ਦੂਰ ਚੇਤੇ ਆਉਣੇ ਨੇ ਅਰ ਤੁਸੀਂ ਡੀਰੇਲ ਕਰ ਲਈ ਜਿਹੜਾ ਮੁੱਦਾ ਲਖੀਮਪੁਰ ਖੀਰੀ ਦਾ ਵਿੱਚ ਕੰਗਣਾ ਰੌਤਜੀ ਵਾਲੀਆਂ ਗੱਲਾਂ ਕਹਿ ਕੇ ਜਿਵੇਂ ਮੁੱਦੇ ਨੂੰ ਉਭਾਰਦੇ ਜੇ ਵੀ ਗੱਲਾਂ ਦਾ ਸਾਨੂੰ ਪਤਾ ਵਾ ਅਜੇ ਮਿਸ਼ਰਾ ਨੂੰ ਅੰਦਰ ਜਾਣਾ ਪਊਗਾ ਭਾਰਤ ਦੇ ਲੋਕ ਵੱਡੇ ਆ ਭਾਰਤ ਦੇ ਵੱਡੇ ਲੋਕਾਂ ਤੋਂ ਵੱਡੀ ਸਰਕਾਰ ਨਹੀਂ ਹੈਗੀ ਉਹਨਾਂ ਨੂੰ ਹਰ ਹਾਲ ਦੇ ਵਿੱਚ ਅੰਦਰ ਕਰਵਾ ਕੇ ਸਾਹ ਲਾਂਗੇ ਜਿੰਨਾ ਤਿਰ ਖੇਤੀ ਕਰੂਣ ਰੱਦ ਨਹੀਂ ਹੁੰਦੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਬਣਦਾ ਇਹ ਮੋਰਚਾ ਜਾਰੀ ਰਹੂਗਾ ਪੰਜਾਬ ਸਰਕਾਰ ਜਿਹੜਾ ਕਰਜ਼ੇ ਵਾਲੀ ਗੱਲ ਆ ਉਸ ਤੋਂ ਭੱਜਦੀ ਨਜ਼ਰ ਆ ਰਹੀ ਆ ਇਹ ਜਿਹੜੀ ਡੀਏਪੀ ਦੀ ਸਮੱਸਿਆ ਵੀ ਬਹੁਤ ਵੱਡੇ ਤੇ ਵਿਆਪਕ ਪੱਧਰ ਤੇ ਹੈਗੀ ਆ ਨਸ਼ਾ ਮਾਫੀਆ ਤੇ ਸਿੱਧੂ ਸਾਹਿਬ ਦੱਸਿਓ